ਮੈਨੂੰ ਮਿਲੀ ਨਹੀਂ ਅੱਜ ਅੱਜ ਮੈਨੂੰ ਭੁੱਲੇ ਗਈ ਆ ਡੈਡੀ ਠੰਡਾ ਕਿ ਗਰਮੀ ਆ ਠੰਡਾ ਪਹਿਲਾਂ ਤਾਂ ਕਹਿੰਦੇ ਸੀ ਗਰਮੀ ਆ ਕਹਿੰਦੇ ਠੰਡ ਹੈ ਬਹੁਤ ਕੋਈ ਨਾ ਡੈਡੀ ਜੀ ਅਗਲੀ ਕਰਸਾ ਤੁਹਾਡੇ ਕੋਲ ਕੱਟ ਕੇ ਜਾਊਗਾ ਹੁਣ ਤਾਂ ਘੱਟੋ ਟਾਈਮ ਰਹਿ ਗਿਆ ਡੈਡੀ ਕਹਿੰਦਾ 6 ਮਹੀਨੇ ਦਾ ਵੀਜ਼ਾ ਕਿਵੇਂ ਆਊਗਾ ਮੈਨੂੰ ਕਹਿੰਦਾ ਕੋਈ ਨਹੀਂ ਮੈਂ ਤਾਂ ਠੀਕ ਹੀ ਕਰਾ ਲਾਂਗਾ ਇਹਨਾਂ ਤੁਸੀਂ ਉੱਥੇ ਜਾ ਕੇ ਪਾ ਲਓ ਭੱਜ ਦੌੜ ਕਰਦੇ ਹੋ ਨਾ ਉੱਥੋਂ ਤੁਸੀਂ ਪਤਲੇ ਹੋ ਕੇ ਆਉਣੇ ਹੋ ਟਾਈਮ ਘੱਟ ਹੁੰਦਾ ਕੰਮ ਜਾ ਰਹੇ ਹੁੰਦੇ ਆ ਹਾਂ ਖਾਂਦਾ ਪੀਂਦਾ ਹੈ ਨਹੀਂ ਕਿਵੇਂ ਰਿਹਾ ਸਫ਼ਰ ਪਲੇਸ ਤਾਂ ਬਹੁਤ ਔਖਾ ਲੱਗਿਆ ਘੰਟਾ ਘੰਟਾ ਗਿਣਨਾ ਪਿਆ ਅੱਜ ਤਾਂ ਹਾਂ ਗਰਮੀ ਬਹੁਤ ਸੀ ਨਾ ਉੱਥੇ ਲੱਗ ਰਿਹਾ ਤੁਹਾਡੇ ਫੇਸ ਤੋਂ ਚਲੋ ਜੀ ਸਮਾਨ ਹੋ ਗਿਆ ਲੋਡ ਘਰੇ ਹੀਟਰ ਔਨ ਛੱਡ ਕੇ ਆਇਆ ਸੀ ਡੈਡੀ ਜੀ ਨੂੰ ਲੱਗਦੀ ਠੰਡ ਤੁਹਾਨੂੰ ਨਹੀਂ ਲੱਗਦੀ ਮੰਮਾ ਠੀਕ ਜੇ ਰਿਹਾ ਨਾ ਗਰਮੀ ਨਾ ਠੰਡ ਵਧੀਆ ਮਸਾ ਤੇ ਪਲੇਨ ਚ ਲੱਗੀ ਠੰਡ ਤੁਹਾਨੂੰ ਨਾ ਕਿਤੇ ਵੀ ਨਹੀਂ ਲੱਗੀ ਠੰਡ ਤਾਂ ਅੱਛਾ ਲੋਨ ਵਾਲਾ ਸੂਟ ਤੇ ਮੁੱਟ ਹਾਂ ਲੋ ਜੀ ਪਹੁੰਚ ਗਏ ਮੰਮਾ ਨੀ ਆਸਟ੍ਰੇਲੀਆ ਵੀਰੇ ਨੂੰ ਫੋਨ ਕਰ ਦੇ ਭਾਈ ਹਾਂਜੀ ਡੈਡੀ ਜੀ ਮੈਂ ਕਰ ਦਿੰਨੀ ਆ ਡੈਡੀ ਇਹ ਤਾਂ ਥੱਕ ਗਏ ਉਹਨਾਂ ਦੇ ਮੂੰਹ ਤੋਂ ਹੀ ਲੱਗ ਰਿਹਾ ਨਾ ਤੁਸੀਂ ਸੋ ਗਏ ਸੀ ਡੈਡੀ ਜੀ ਪਲੇਨ ਚ ਮਾੜਾ ਉਠ ਤੁਸੀਂ ਵੀ ਨਹੀਂ ਸੁੱਤੇ ਨਾ ਨੀਂਦ ਨਹੀਂ ਆਈਗੀ ਵੈਸੇ ਤੁਹਾਨੂੰ ਗੋਡਿਆਂ ਦੀ ਪ੍ਰੋਬਲਮ ਤਾਂ ਨਹੀਂ ਹੋਈ ਮੰਮਾ ਅੱਛਾ ਵੀਲ ਚੇਅਰ ਕਰਾ ਲਈ ਦੀ ਬਈ ਨਾ ਪਲੇਨ ਦੇ ਵਿੱਚ ਕਿਉਂਕਿ ਮੇਰੇ ਨਾਲ ਜਦੋਂ ਇੱਥੇ ਬੈਲਬੋਰਨ ਰਸ਼ ਹੈ ਬਹੁਤ ਅੱਜ ਬਹੁਤ ਜ਼ਿਆਦਾ ਰਸ਼ ਹੈ ਇਹ ਹਾਂਜੀ ਹਾਂ ਹੁਣ ਜ਼ਿਆਦਾ ਹੁੰਦਾ ਆਉਣ ਵੇਲੇ ਜਾਣ ਵੇਲੇ ਨਹੀਂ ਹੁੰਦਾ ਤੁਹਾਨੂੰ ਤਾਂ ਜਾਣਦੀ ਬਹੁਤ ਨੇ ਬਈ ਬਰਾਂ ਚ ਵੀ ਜਾਂਦੀਆਂ ਨੇ ਕੁੜੀਆਂ ਅੱਛਾ ਅੱਛਾ ਉੱਥੇ ਵੀ ਮਿਲੇ ਸੀ ਪੁਰਿੰਦਰ ਨੂੰ ਗਏ ਤੇਰੇ ਵਾਈਫ ਨਹੀਂ ਆਈ ਅੱਜ ਅੱਛਾ ਕਲੀ ਕਰਸਾ ਤਾਂ ਤੁਹਾਡੇ ਕੋਲ ਕੱਟ ਕੇ ਜਾਊਂਗਾ ਭਾਈ ਕਰਸਾ ਠੰਡ ਠੰਡ ਕੱਟ ਕੇ ਜਾਊਂਗਾ ਠੀਕ ਹੈ ਡੈਡੀ ਜੀ ਚਲੋ ਮਰਜੀ ਕਿਵੇਂ ਲੱਗ ਰਿਹਾ ਤੁਹਾਨੂੰ ਹੁਣ ਬਾਹਰੇ ਉਰੇ ਬਹੁਤ ਵਧੀਆ ਸਾਫ਼ ਸਾਫ਼ ਕਿਵੇਂ ਮੰਮਾ ਹਾਂ ਵਧੀਆ ਸਾਫ਼ ਇੰਨੀਆਂ ਗੱਡੀਆਂ ਖੜੀਆਂ ਨੇ ਤੁਹਾਡੇ ਹਾਂਜੀ ਇੱਕ ਘਟ ਗਈ 47 ਨੂੰ ਫਿਰ ਨੂੰ ਵਾਰੇ ਕੇ ਦੇ ਰਹੇ ਤਾਂ ਕੀ ਕਰਨੀ ਗੱਡੀ ਗੱਡੀ ਇੰਨੀ ਦੇ ਉਸ ਤੁਹਾਨੂੰ ਡੈਡੀ ਜੀ ਫੋਰਚੂਨਰ ਲੈ ਕੇ ਦੇ ਰਹੇ ਆ ਫੋਰਚੂਨਰ ਡੈਡੀ ਕਿਵੇਂ ਲੱਗਦਾ ਸਾਫ ਸਾਫ਼ ਸਾਫ਼ ਹੈ ਥੋੜਾ 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 ਫਸ ਆਜਾ ਕਿਵੇਂ ਲੱਗਿਆ ਡੈਡੀ ਸਾਡਾ ਘਰ ਉਧਰ ਉਹ ਕੀਤਾ ਤੁਹਾਡੇ ਲਈ ਸਜਾਵਟ ਕੀਤੀ ਹੈ ਕਮ ਟੂ ਆਸਟ੍ਰੇਲੀਆ ਚਾਰ ਕਮਰੇ ਨੇ ਬੈਡਰੂਮ ਨੇ ਉੱਪਰ ਚਾਰ ਵਧੀਆ ਉੱਪਰ ਵੀ ਠੀਕ ਆ ਵਧੀਆ ਫਲੋਰ ਹੋਇਆ ਲੱਗ ਗਿਆ ਡੈਡੀ ਫੋਨ ਲਵਾਉਣ ਇੰਡੀਆ ਡੈਡੀ ਉਹ ਉੱਠੇ ਹੋਣੇ ਅਜੇ ਵਿਚਾਰੇ ਸਾਰੇ ਭਾਈ ਨੱਤੀ ਲਿਆਤੀ ਦੇ ਸਰਪ੍ਰਾਈਜ਼ ਗਿਫਟ ਹੈ ਤੇਰੀ ਮੰਮੀ ਪਹੁੰਚ ਗਈ ਜਹਾਜ਼ ਚ ਤਾਂ ਬਹੁਤ ਫਿੱਟ ਰਹੀ ਏ ਤੁਸੀਂ
ਹਾਂ ਠੀਕ ਰਹੇ ਬਾਥਰੂਮ ਦੀ ਦਿੱਕਤ ਤਾਂ ਨਹੀਂ ਆਈ ਬਾਥਰੂਮ ਦੀ ਤਾਂ ਤੜ ਜਾਂਦਾ ਦੀ ਮਸਾ ਖੋਲਦੇ ਸੰਗ ਲੱਗਦੀ ਮੰਮਾ ਦੇ ਕੌਣ ਸਰ ਲੱਗ ਗਏ ਸੂਟ ਤਰਪਾਈ ਕਰਨ ਸੂਟ ਮੰਮਾ ਕਹਿੰਦੇ ਮੈਨੂੰ ਤਾਂ ਲਿਆ ਦੋ ਮਸ਼ੀਨ ਬਸ ਹੁਣ ਕਿੰਨਾ ਚਿਰ ਹੋ ਗਿਆ ਦੋ ਤਿੰਨ ਸਾਲ ਹੋ ਗਏ ਸੰਤੇ ਤਾਂ ਮੈਂ ਹੈ ਹੀ ਨਹੀਂ ਆਹ ਹੀ ਨਹੀਂ ਠੀਕ ਆਉਂਦੇ ਜਿਹਦੇ ਭੀੜਾ ਉਹਦਾ ਖੁੱਲਾ ਤੱਤ ਖੁੱਲਿਆ ਮੈਨੂੰ ਭੀੜਾ ਕਦੇ ਭਾਰੀ ਹੋ ਗਈ ਕਿਸੇ ਪਤਲੀ ਹੋ ਗਈ ਬਸ ਠੀਕ ਹੈ ਕਰੀ ਜਾਂਦੀ ਜੀ ਲੱਗ ਗਿਆ ਹਾਂਜੀ ਤਾਂ ਲੱਗ ਗਿਆ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਠੀਕ ਲੱਗ ਰਿਹਾ ਵਧੀਆ ਹੋਰ ਘਰੇ ਬਹੁਤ ਸੋਹਣਾ ਕਹਿੰਦੇ ਸਫਾਈ ਉਹ ਸੁੱਤੇ ਪਏ ਨੇ ਜਸ਼ਨ ਸ਼ਰਮਾ ਗਿਆ ਇਹ ਜਸ਼ਨ ਉਹ ਨਵੀਂ ਆ ਪੱਗਾਂ ਹੈਗੀਆਂ ਨੇ ਕਿਹਦੇ ਚ ਹਾਂ ਦੋ ਪੱਗਾਂ ਤੇਰੀਆਂ ਨੇ ਥੋੜਾ ਜਿਹਾ ਪਿੱਛੇ ਹੋਇਆ ਡੈਡੀ ਜੀ ਠੀਕ ਆ ਹਾਂ ਉਹ ਮੰਮਾ ਦੂਜਾ ਉਹ ਛੋਟਾ ਹੈ ਵੱਡਾ ਇੱਥੇ ਅਸੀਂ ਤਿਆਰ ਹੁੰਦੇ ਹੁੰਦੇ ਮੰਮਾ ਬਿਊਟੀ ਰੂਮ ਆ ਤੁਸੀਂ ਆਪ ਵਧੀਆ ਤੁਹਾਨੂੰ ਤਾਂ ਸਾਰਾ ਕੁਛ ਵਧੀਆ ਲੱਗਦਾ ਸਾਰੀਆਂ ਚੀਜ਼ਾਂ ਵਧੀਆ ਨੇ ਹਾਂ ਨਵੀਂ ਦੀ ਸ਼ਰਟ ਆ ਇੱਕ ਮੀਡੀਅਮ ਕੱਲੀ ਨਵੀਂ ਦੀ ਮੀਡੀਅਮ ਬਾਕੀ ਸਾਰਿਆਂ ਦੇ ਲਾਰਜ ਆਹੀ ਆ ਮੀਡੀਅਮ ਉੱਪਰ ਵਾਲੀ ਮੀਡੀਅਮ ਤਾਂ ਮੇਰੀ ਆਉਂਦੀ ਬੱਬੀ ਮੀਡੀਅਮ ਸਾਰੇ ਲਾਰਜ ਹੀ ਆਊਗੀ ਮੈਨੂੰ ਪਤਾ ਇਹ ਨਵਦੀਪ ਸਿੰਘ ਦੀ ਹੈ ਲਓ ਮੰਮੀ ਦੇ ਦਿਓ ਨਵੀਂ ਦਾ ਗਿਫਟ ਪਰੀ ਦਿਖਾ ਰਹੇ ਆ ਲੈ ਵੀ ਮੁੰਡਾ ਪਰੀ ਚ ਚੱਕਰ ਸਵਾਰ ਉਹ ਤਾਂ ਲੈ ਗਿਆ ਅਰੇ ਤੂੰ ਪਸੰਦ ਕਰ ਲੈ ਜਿਹੜੀ ਲੈਣੀ ਆ ਤੇਰੇ ਘਰ ਵਾਲੇ ਦਾ ਸ਼ਰਟ ਪਸੰਦ ਕਰ ਲਈ ਤੂੰ ਹੁਣ ਕਨਫਰਮ ਕਰ ਦੇ ਵੀ ਸਹੀ ਆ ਇੱਕ ਸਾਡੇ ਕੋਲ ਆ ਰੰਗ ਆ ਜਿਹੜੀ ਮਰਜ਼ੀ ਦੇ ਲਾਲੀ ਹੁਣ ਫੁਲਕਾਰੀਆਂ ਥੋੜੀ ਵੇਚਦਾ ਇਹਦਾ ਦੁਕਾਨ ਤੋਂ ਲੈ ਕੇ ਦੇਖ ਲਾ ਜਿਹੜਾ ਮਰਜ਼ੀ ਚੱਕ ਲਾ ਉਹਦੇ ਪਿੱਛੇ ਬੈਠਾ ਹੋਵੇ ਬੰਦਾ ਪੁੱਛੋ ਦੱਸੋ ਵੀ ਰਹਿ ਦੋ ਹੱਸਦੇ ਆ ਜਿਸ ਕੀਰਤ ਅੰਦਰ ਕੁਛ ਨਾ ਕੁਛ ਦਿਮਾਗ ਸੁੱਜਦੇ ਆ ਤੇ ਬੋਲਦੇ ਆ ਬਾਅਦ ਚ ਬੋਲੂਗਾ ਰੂਮ ਚ ਜਾ ਕੇ ਦੱਸੂਗਾ ਅੱਜ ਤੁਹਾਨੂੰ ਹੱਦ ਅਸ਼ਰੀਫ ਜਿਹਾ ਫੇਸ ਦਿਖਾ ਰਹੇ ਆ ਤੁਹਾਨੂੰ ਹਜੇ ਇਹ ਤਾਂ ਸਟਾਰਟ ਹੋਊਗਾ ਨੂੰ ਪਤਾ ਸੀ ਪਿੰਕ ਚੱਕੂ ਵੀ
ਪਸੰਦ ਨਹੀਂ ਪਿੰਕ ਵੀ ਚਾਹੀ ਚਿੱਟੇ ਸੂਟ ਨਾਲ ਲੈ ਲੈ ਬੜੀ ਕਿੜੀ ਜਾਂਦਾ ਬਾਬੇ ਰਾਤ ਨੂੰ ਵੀ ਲਾਟਾਂ ਮਾਰੇ ਨਾਭੀ ਵੀ ਸੋਹਣੀ ਆ ਆ ਜਾ ਸੋਹਣੀ ਸਮਤਾ ਹਾਂ ਇਹ ਸੋਹਣੀ ਆਪੀ ਤਰਸ ਗਈ ਹੋ ਗਈ ਫਾਈਨਲ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਧਾਰ ਰੱਖਦੀ ਚੀਜ਼ਾਂ ਦੇਖ ਕੇ ਮਨ ਬੇਈਮਾਨ ਹੋ ਜਾਂਦਾ ਡੈਡੀ ਨੂੰ ਕਰਾ ਦੇ ਰੰਗ ਸਿਲੈਕਟ ਡੈਡੀ ਜੀ ਕਿਹੜਾ ਕਲਰ ਲਓਗੇ ਨੀਂਦ ਚ ਜਾਮਣੀ ਰੰਗ ਚਲੋ ਆ ਤੁਹਾਡਾ ਆ ਮੰਮਾ ਤੁਹਾਡਾ ਯਾਦ ਰੱਖਿਓ ਉੱਥੇ ਰੱਖ ਰਹੀ ਹਾਂ ਬਾਥਰੂਮ ਚ ਠੀਕ ਹੈ ਚਲੋ ਜੀ ਬਾਏ ਗੁੱਡ ਨਾਈਟ ਤੁਹਾਡਾ ਬੈਡਰੂਮ ਹੁਣ ਆਹ ਵਾਲਾ ਬਣ ਗਿਆ ਸੋ ਮੰਮੀ ਡੈਡੀ ਲਈ ਅਸੀਂ ਉੱਧਰਲਾ ਰੂਮ ਰੱਖਤਾ ਮੰਮੀ ਹੁਣਾਂ ਦੇ ਬਹਾਨੇ ਹੁਣ ਅਸੀਂ ਵੀ ਛੇਤੀ ਉੱਠ ਕੱਢਿਆ ਕਰਾਂਗੇ ਦੇਖੀ ਮੰਮੀ ਹਟੀ ਨਹੀਂ ਉੱਧਰ ਬਹਿ ਗਈ ਰਾੜਨ ਕਹਿੰਦੀ ਮੈਂ ਭੱਜ ਜੂੰਗੀ ਜੇ ਮੈਂ ਤੇਰੇ ਨਾਲ ਕੰਮ ਕਰਾਇਆ ਡੈਡੀ ਵੀ ਪੱਗ ਹੋਰ ਲੈ ਕੇ ਕੱਲ ਵਾਲੀ ਬੰਨ ਲੈਂਦੇ ਨਵੀਂ ਡੈਡੀ ਇਹ ਨੀ ਸੋਹਣੀ ਲੱਗਦੀ ਕੋਈ ਹੋਰ ਰੰਗ ਬੰਨਦੇ ਕਾਲਾ ਕੁਲਾ ਬੰਨ ਲੈਂਦੇ ਇਹਦੇ ਨਾਲ ਕਾਲਾ ਰੰਗ ਸੋਹਣਾ ਲੱਗੂਗਾ ਸੋ ਅੱਜ ਬਣ ਰਿਹਾ ਘਰੇ ਸਵੇਰੇ ਪਰੌਂਠੇ ਨਾਲ ਚਾਹ ਨਾਲ ਅਸੀਂ ਮੰਮੀ ਸਵੇਰੇ ਪਰੌਂਠੇ ਖਾਂਦੇ ਨਾਲ ਅਸੀਂ ਚਾਹ ਪੀਂਦੇ ਹਾਂ ਸਵੇਰੇ ਅਸੀਂ ਫਰੂਟ ਖਾਂਦੇ ਹੁੰਦੇ ਹਾਂ ਚਾਹ ਕਿਵੇਂ ਆ ਇਹਨੂੰ ਏਸੀ ਪੇਸੀ ਬਣਾਉਣੀ ਆਉਂਦੀ ਆ ਬਣਾਉਂਦੀ ਨੀ ਚਾਹ ਚਾਹ ਤਾਂ ਠੀਕ ਹੈ ਬਣਾਉਂਦੀ ਆ ਡੈਡੀ ਤੋਂ ਚੱਲਣਾ ਤਾਂ ਹੈ ਨੀ ਨਵਾਂ ਮੈਨੂੰ ਕਿਹਾ ਤਾਂ ਹੈਗਾ ਹੋਰ ਕਾਹਨੂੰ ਖਰਚ ਕਰੀ ਜਾਣਾ ਹੈਗਾ ਉਹ ਸਿਮ ਪਵਾ ਦੋ ਬਸ ਚਲਾਈ ਜਾਓ ਡੈਡੀ ਤੁਸੀਂ ਦੋ ਵਾਰ ਟੱਚ ਸਕਰੀਨ ਫੋਨ ਲੈ ਕੇ ਫਿਰ ਦਿੱਤਾ ਹੁਣ ਸਿੱਖ ਲੈਣਗੇ ਸਿਖਾਇਆ ਤਾਂ ਪਹਿਲਾਂ ਵੀ ਸੀ ਬਾਅਦ ਕਹਿੰਦੇ ਡੈਡੀ ਚੱਕ ਕੇ ਕਹਿੰਦੇ ਕਹਿੰਦੇ ਭਾਈ ਮੈਂ ਤਾਂ ਇਹੀ ਠੀਕ ਟਾਈਮ ਚੈੱਕ ਕਰ ਰਿਹਾ ਹੁਣ ਕਿੰਨਾ ਟਾਈਮ ਹੋ ਗਿਆ ਕਿਹਨੂੰ ਲਾਇਆ ਜਾਵੇ ਕਹਿੰਦੀ ਜਦੋਂ ਤੁਸੀਂ ਸੋ ਜਾਓਗੇ ਨਾ ਮੈਂ ਐਰੋਪਲੇਨ ਤੇ ਆ ਗਿਆ ਕੀ ਕਹਿੰਦੀ ਮੈਂ ਕਿਹਾ ਦਾਦੂ ਦਾਦੀ ਨੂੰ ਰੱਖ ਲਈ ਰੇ ਕਹਿੰਦੀ ਨਹੀਂ ਕਹਿੰਦੀ ਜਦੋਂ ਮੈਂ ਕਿਹਾ ਇਸ ਤੋਂ ਰੱਖ ਲੈ ਕਹਿੰਦੀ ਜਦੋਂ ਤੁਸੀਂ ਸੋ ਜਾਓਗੇ ਨਾ ਮੈਂ ਐਰੋਪਲੇਨ ਲੈ ਕੇ ਆ ਕੇ ਲੈ ਜਾਊਂਗਾ ਅਸੀਂ ਤਾਂ ਸੌਂਦੇ ਹੀ ਨਹੀਂ ਨਾ ਸਰ ਫਿਰ ਕਿਵੇਂ ਲੈ ਕੇ ਜਾਏਗਾ ਚੁੱਪ ਚਾਪ ਕਿਵੇਂ ਲੈ ਜਾਊਂ ਮੰਮੀ ਉਹਨਾਂ ਦੇ ਅਸਲੀ ਨਿਆਰੇ ਤਾਂ ਉਰੀ ਬਣੇ ਨੇ ਹੁਣ ਫਰੂਟ ਆ ਗਏ ਤੁਸੀਂ ਜਿਹੜੀ ਕਿਲਾ ਬਣਾਉਣਾ ਹੀ ਖਾਓਗੇ ਇਹਨਾਂ ਦੋਨਾਂ ਨੂੰ ਹੀ ਜ਼ਿਆਦਾ ਬਣਾਉਣਾ ਪਸੰਦ ਆ ਅੱਛਾ ਫਿਰ ਅੱਡ ਹੀ ਘੱਟ ਤਾਂ ਹੈ
नहीं मम्मी तो ऑरेंज भी खा लूगी। हाँ, नॉर्मल ऐसे रख ले।